ਸਤਿ ਸ਼੍ਰੀ ਅਕਾਲ ਜੀ, ਹੋਰ ਜੀ ਕੀ ਹਾਲ ਚਾਲ ਆ? ਬੀਂਦਾ ਤੁਸੀਂ ਸਾਰੇ ਠੀਕ ਹੀ ਹੋਵੋਗੇ। ਮੈਂ ਸਿੱਧੂ ਮਹਾਰਾਜ, ਤੁਸੀਂ ਦੇਖ ਰਹੇ ਹੋ ਸਿੱਧੂ ਮਹਾਰਾਜ ਯੂਟਿਊਬ ਚੈਨਲ। ਜਿਹੜਾ ਅੱਜ ਦਾ ਵਲੌਗ ਆ ਇਹ ਬਿਲਕੁਲ ਡਿਫਰੈਂਟ ਹੋਊਗਾ। ਅਤੇ ਆਪਣੇ ਬਹੁਤ ਵਿਊਰਸ ਨੇ ਕਿਹਾ ਹਨਾ ਵੀ ਸੋਲਰ ਦਾ ਵਲੌਗ ਲੈ ਕੇ ਆਓ, ਵੀ ਸੋਲਰ ਬਾਰੇ ਨੌਲੇਜ ਦਿਓ। ਅੱਜ ਆਪਣੇ ਨਾਲ ਭਰਾ ਨੇ, ਮੈਂ ਬਠਿੰਡੇ ਆਇਆ ਹੋਇਆ, ਅਤੇ ਭਰਾ ਆਪਾਂ ਨੂੰ ਸੋਲਰ ਬਾਰੇ ਸਾਰੀ ਨੌਲੇਜ ਦੇਣਗੇ ਹਨਾ। ਸੋਲਰ ਜਿਹੜਾ ਯੂਟੀਐਲ ਸੋਲਰ, ਉਹਦੀ ਕੀ ਗੱਲਬਾਤ ਆ, ਕੀ ਕੁਆਲਿਟੀ ਹੁੰਦੀ ਹੈ ਨਾ। ਯੂਟੀਐਲ ਆ ਜਿਹੜਾ ਬਹੁਤ ਵੱਡਾ ਬ੍ਰਾਂਡ ਆਪਣੇ ਇੰਡੀਆ ਦੇ ਵਿੱਚ, ਅਤੇ ਯੂਟੀਐਲ ਦੇ ਵਿੱਚ ਜਿਹੜੇ ਹੋਰ ਪ੍ਰੋਡਕਟਸ ਵੀ ਆਉਂਦੇ ਨੇ, ਅਤੇ ਉਹਦੇ ਬਾਰੇ ਆਪਾਂ ਨੂੰ ਵੀਰ ਦੱਸਣਗੇ ਹਨਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹੋਰ ਜੀ ਠੀਕ ਹੋ? ਠੀਕ ਠਾਕ ਜੀ, ਵਧੀਆ, ਤੁਸੀਂ ਸੁਣਾਓ? ਵਧੀਆ ਜੀ। ਹਾਂਜੀ, ਆਪਾਂ ਨਾ ਜੀ ਸੋਲਰ ਬਾਰੇ ਫੁੱਲ ਨੌਲੇਜ ਦੇਣੀ ਹੈ। ਹਾਂਜੀ ਹਾਂਜੀ, ਜਿੰਨੀ ਮਰਜ਼ੀ ਨੌਲੇਜ, ਜਿੰਨੀ ਮਰਜ਼ੀ ਜੀ। ਜਿਵੇਂ ਯੂਟੀਐਲ ਬ੍ਰਾਂਡ ਹੈ ਜੀ, ਇੰਡੀਆ ਦਾ ਵੱਡਾ ਬ੍ਰਾਂਡ ਹੈ, ਇੰਡੀਆ ਦਾ ਸਭ ਤੋਂ ਵੱਡਾ ਬ੍ਰਾਂਡ ਹੈ ਜੀ ਯੂਟੀਐਲ। ਹਾਂਜੀ, ਇਹਦੇ ਬਾਰੇ ਆਪਾਂ ਫੁੱਲ ਨੌਲੇਜ ਦੇਵਾਂਗੇ ਜੀ। ਜਿਹੜੇ ਯੂਟੀਐਲ ਦੇ ਸੋਲਰ ਤੋਂ ਬਿਨਾਂ ਹੋਰ ਵੀ ਜਿੰਨੇ ਪ੍ਰੋਡਕਟਸ ਆਉਂਦੇ ਨੇ ਜੀ, ਉਹਨਾਂ ਬਾਰੇ ਵੀ ਦੱਸਾਂਗੇ। ਹਾਂਜੀ ਹਾਂਜੀ, ਇਹ ਸਾਰੇ ਪ੍ਰੋਡਕਟਾਂ ਦੇ ਆਪਾਂ ਨੌਲੇਜ ਦੇ ਦਾਂਗੇ, ਕੋਈ ਚੱਕਰ ਨਹੀਂ ਹੈ। ਹਾਂਜੀ, ਤੇ ਸ਼ੋਰੂਮ ਬਹੁਤ ਵੱਡਾ ਹੈਗਾ ਵੀਰੇ ਦਾ। ਆਪਾਂ ਬਾਹਰੋਂ ਸਟਾਰਟ ਕਰਾਂਗੇ, ਹੁਣ ਆਪਾਂ ਆਫਿਸ ਦੇ ਵਿੱਚ ਖੜੇ ਹਾਂ, ਤੇ ਬਾਹਰੋਂ ਆਪਾਂ ਤੁਹਾਨੂੰ ਨੌਲੇਜ ਦਿੰਦੇ ਦਿੰਦੇ ਸਾਰੇ ਪ੍ਰੋਡਕਟਸ ਦੀ ਨਿੱਧਰ ਨੌਲੇਜ ਦੇਵਾਂਗੇ। ਹਾਂਜੀ ਵੀਰ ਜੀ, ਆਪਾਂ ਨੂੰ ਸਾਰਾ ਕੁਝ ਦੱਸਣਗੇ ਹਨਾ, ਤੇ ਆਪਾਂ ਬਾਹਰ ਚੱਲਦੇ ਹਾਂ, ਤੇ ਕੀ ਗੱਲਬਾਤ ਆ। ਜਿਹੜੀਆਂ ਪਲੇਟਾਂ ਹੁੰਦੀਆਂ ਨੇ, ਵਿੱਚ ਪਲੇਟਾਂ ਛੋਟੀਆਂ ਵੀ ਹੁੰਦੀਆਂ ਨੇ, ਵਿੱਚ ਵੱਡੀਆਂ ਵੀ ਹੁੰਦੀਆਂ ਨੇ, ਤੇ ਵੱਡੀਆਂ ਛੋਟੀਆਂ ਪਲੇਟਾਂ ਦੀ ਕੀ ਗੱਲਬਾਤ ਆ, ਆਪਾਂ ਸਾਰਾ ਕੁਝ ਪੁੱਛਾਂਗੇ। ਹਾਂਜੀ ਵੀਰ ਜੀ, ਕੀ ਗੱਲਬਾਤ ਹੈ ਜੀ ਸੋਲਰ ਦੀ? ਪਹਿਲਾਂ ਤਾਂ ਆਪਾਂ ਇਹ ਦੱਸੀਏ ਵੀ ਸੋਲਰ ਹੁੰਦਾ ਕੀ ਆ ਜੀ। ਆਪਣਾ ਬਿਜਲੀ ਦਾ ਬਿੱਲ ਘਟਾਉਂਦਾ ਜੀ, ਸਭ ਤੋਂ ਪਹਿਲੀ ਗੱਲ ਤਾਂ ਜੀ ਬਿਜਲੀ ਦਾ ਬਿੱਲ ਮਾਫ ਕਰ ਦਿੰਦਾ, ਜਿਹੜਾ ਵੀ ਆਪਣਾ ਮਹੀਨੇ ਦਾ 10,000, 2 ਮਹੀਨਿਆਂ ਦਾ 20,000, ਜੋ ਵੀ ਬਿੱਲ ਆਉਂਦਾ ਉਸ ਹਿਸਾਬ ਨਾਲ ਆਪਾਂ ਬਿੱਲ ਜ਼ੀਰੋ ਕਰ ਦਿੰਦੇ ਹਾਂ ਇਸ ਚੀਜ਼ ਦਾ। ਇੱਕ ਛੋਟੀਆਂ ਵੱਡੀਆਂ ਪਲੇਟਾਂ ਦੀ ਤੁਸੀਂ ਗੱਲ ਕੀਤੀ ਹੈ, ਜਿਵੇਂ ਛੋਟੀਆਂ ਪਲੇਟਾਂ ਜਿਹਦੇ ਜਿਸ ਬੰਦੇ ਨੂੰ ਜਿਸ ਹਿਸਾਬ ਨਾਲ ਮਤਲਬ ਪਲੇਟ ਦੀ ਲੋੜ ਹੈ, ਜਾਂ ਜਿਸ ਹਿਸਾਬ ਨਾਲ ਆਪਣੇ ਕੋਲ ਛੱਤ 'ਤੇ ਜਗ੍ਹਾ, ਉਸ ਹਿਸਾਬ ਨਾਲ ਪਲੇਟਾਂ ਐਡਜਸਟ ਹੋ ਜਾਂਦੀਆਂ। ਜਿਵੇਂ ਪਲੇਟ 335 ਵਾਟ ਆਉਂਦੀ ਹੈ ਜੀ, 445 ਵਾਟ ਆਉਂਦੀ ਹੈ, 335 ਵਾਟ ਵਾਲੀ ਪਲੇਟ ਕਿਹੜੀ ਹੈ ਦਿਖਾਇਓ ਜੀ? 335 ਵਾਟ ਦੀਆਂ ਸਾਰੀਆਂ ਪਲੇਟਾਂ, 335 ਵਾਟ ਦੀਆਂ, ਜੋ ਕਿ ਨੋਰਮਲ ਹਰ ਰੋਜ਼ ਲੱਗਦੀ ਹੈ, ਜੋ ਰੈਗੂਲਰ ਯੂਜ਼ ਹੁੰਦੀ ਹੈ ਉਹ 335 ਵਾਟ ਦੀ ਯੂਜ਼ ਹੁੰਦੀ ਹੈ। ਮਤਲਬ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਜੀ ਵੀ ਜਿਹੜੀ ਵੱਡੀ ਪਲੇਟ ਆ ਉਹ ਜੀ ਛੱਤ ਦੇ ਉੱਤੇ ਵੱਧ ਜਗ੍ਹਾ ਤਾਂ ਉੱਥੇ ਵੱਡੀ ਲੱਗ ਜੂ, ਜਿੱਥੇ ਘੱਟ ਜਗ੍ਹਾ ਉੱਥੇ ਛੋਟੀ? ਨਹੀਂ, ਜੀ ਜਿੱਥੇ ਮੰਨ ਲਓ ਜਗ੍ਹਾ ਜ਼ਿਆਦਾ ਹੈ ਉੱਥੇ ਆਪਾਂ ਛੋਟੀ ਪਲੇਟ ਲਾਵਾਂਗੇ, ਨਾਲੇ ਆਪਣਾ ਖਰਚਾ ਘੱਟ ਆਉਂਦਾ ਹੈ। ਵੱਡੀ ਪਲੇਟ ਆ ਥੋੜੀ ਜਿਹੀ ਮਹਿੰਗੀ ਹੋ ਜਾਂਦੀ ਹੈ, ਕੋਸਟ ਵਾਈਜ਼ ਜ਼ਿਆਦਾ ਹੋ ਜਾਂਦੀ ਹੈ। ਹਾਂ, ਜਿੱਥੇ ਮੰਨ ਲਓ ਜਗ੍ਹਾ ਘੱਟ ਹੈ, ਆਪਾਂ ਪੈਸੇ ਵੀ ਮੰਨ ਲਓ ਵੱਧ ਲਾਣੇ ਆ, ਥੋੜੇ ਬਹੁਤ ਵੱਧ ਲਾਣੇ ਆ, ਉੱਥੇ ਮੰਨ ਲਓ ਆਪਾਂ ਵੱਡੀ ਪਲੇਟ ਲਾ ਸਕਦੇ ਹਾਂ। ਵੱਡੀ ਪਲੇਟ ਥੋੜੀ ਜਿਹੀ ਕੋਸਟਲੀ ਹੁੰਦੀ ਹੈ, ਛੋਟੀ ਨਾਲੋਂ ਥੋੜੀ ਜਿਹੀ ਵੱਡੀ ਵੱਧ ਕੋਸਟ ਦੀ ਹੁੰਦੀ ਹੈ, ਇਸ ਕਰਕੇ ਨਾਲੇ ਜਗ੍ਹਾ ਘੱਟ ਰੋਕਦੀ ਹੈ ਉਹ ਵੱਡੀ ਪਲੇਟ, ਇਸ ਕਰਕੇ। ਤੇ ਹੁਣ ਆਪਾਂ ਇੱਧਰ ਦੇਖੋ ਪਲੇਟਸ ਦੇਖ ਸਕਦੇ ਹਾਂ ਹਨਾ, ਤੇ ਆਹ ਇੱਧਰ ਬੈਟਰੀਆਂ ਪਈਆਂ ਨੇ, ਇੱਧਰ ਇੰਨਾ ਲੋਹੇ ਦਾ ਸਮਾਨ ਪਿਆ ਵੀਰ ਜੀ, ਇਹ ਕਿਵੇਂ ਜੀ ਇੰਨਾ ਲੋਹੇ ਦਾ ਸਮਾਨ? ਸਾਰਾ ਲੋਹੇ ਦਾ ਸਮਾਨ ਜੀ, ਸਾਡਾ ਆਪਣਾ ਸਟਰਕਚਰ ਦੇ ਵਿੱਚ ਜਿਹੜੇ ਜਿਹਦੇ ਉੱਤੇ ਕੀ ਪਲੇਟਾਂ ਟਿਕਦੀਆਂ, ਜਿਹੜੇ ਕਿ ਛੱਤ ਦੇ ਗਰਾਊਂਡ ਤੋਂ ਲੈ ਕੇ ਆਪਣੇ ਦੇ ਉੱਤੇ ਪਲੇਟਾਂ ਟਿਕਦੀਆਂ, ਇਹ ਸਾਰਾ ਲੋਹੇ ਦਾ ਸਮਾਨ ਉੱਥੇ ਲੱਗਦਾ ਹੈ ਜੀ, ਸਾਰੀ ਅਸੈਸਰੀ ਉੱਥੇ ਲੱਗਦੀ ਹੈ ਜੀ। ਠੀਕ ਹੈ ਜੀ, ਜਿਵੇਂ ਪਰਲਿਨ ਹੈ, ਰਾਫਟਰ ਹੈ, ਐਲਏ ਹੈ, ਅਰਥਿੰਗ ਰੋੜਾ ਨੇ, ਇਹ ਸਾਰਾ ਕੁਝ ਉੱਥੇ ਲੱਗਦਾ ਜੀ। ਦੇਖੋ ਤੁਹਾਡੇ ਸਾਹਮਣੇ ਸਾਡਾ ਸਾਰਾ ਲੋਹੇ ਦਾ ਸਮਾਨ ਲੋਹੇ ਦੇ ਸਾਡੇ ਸਟਰਕਚਰ ਦੇ ਉੱਤੇ ਹੀ ਪਿਆ, ਕਿੰਨਾ ਹੈਵੀ ਹੋਊਗਾ ਇਹ ਸਿਸਟਮ? ਸਹੀ ਹੈ ਜੀ, ਲੋ ਜੀ ਪੂਰਾ ਹੈਵੀ ਸਮਾਨ ਜਿਹੜਾ ਤੁਸੀਂ ਲਾਉਣੇ ਹੈਗੇ ਜੀ ਹਨਾ। ਹਾਂਜੀ ਹਾਂਜੀ, ਜਿਹਦਾ ਕਰਕੇ ਲਾਈਫ ਦਾ ਆਟੋਮੈਟਿਕ ਵਧ ਹੀ ਜਾਂਦੀ ਹੈ ਜੀ ਉਹਦੀ। ਹਾਂਜੀ ਹਾਂਜੀ, ਲਾਈਫ ਹੈ ਨਾ, ਸਾਰੀ ਉਮਰ ਹੋਰ ਡਿਕ ਸਟਰਕਚਰ ਪਿਆ ਜੀ, ਸਾਰੀ ਉਮਰ ਇਹਨੂੰ ਜਰਨੀ ਲੱਗਦੀ ਜੀ। ਠੀਕ ਹੈ ਜੀ, ਇਸ ਗੱਲ ਦੀ ਗਰੰਟੀ ਹੈ, ਸਾਰੀ ਉਮਰ ਇਸ ਹੋਰ ਡਿਕ ਸਟਰਕਚਰ ਨੂੰ ਜਰਨੀ ਲੱਗਦੀ ਜੀ। ਠੀਕ ਹੈ ਜੀ, ਨਾ ਹੀ ਕਲਰ ਕਰਨ ਦੀ ਲੋੜ ਹੈ ਜੀ? ਨਾ ਨਾ, ਕਲਰ ਕਰਨ ਦੀ ਲੋੜ ਨਹੀਂ, ਬਾਕੀ ਆਪਣੀ ਮਰਜ਼ੀ, ਅਗਰ ਕਰਨਾ ਚਾਹੁੰਦੇ ਆ ਤਾਂ ਕਰ ਲਓ, ਨਹੀਂ ਕੋਈ ਸਾਡੇ ਵੱਲੋਂ ਕੋਈ ਉਹ ਨਹੀਂ ਵੀ ਤੁਸੀਂ ਰੰਗ ਕਰੋ ਇਹਨੂੰ। ਠੀਕ ਹੈ ਜੀ, ਇਸ ਚੀਜ਼ ਨੂੰ ਲੋ ਜੀ, ਇੱਧਰ ਆਪਾਂ ਪਲੇਟਸ ਪਈਆਂ ਦੇਖ ਸਕਦੇ ਹਾਂ ਨਾ। ਹਾਂਜੀ, ਉਹ ਪੈਕਿੰਗ ਵਾਲੀ ਹੋ ਗਈ, ਆ ਖੁੱਲੀ ਪਈ ਆ ਜੀ ਹਨਾ। ਆਹ ਬਸ ਆਹੀ ਪਲੇਟਾਂ ਖੁੱਲ ਕੇ ਰੱਖੀਆਂ ਹੋਈਆਂ ਜੀ, ਕੋਈ ਤੁਹਾਡੇ ਵਰਗੇ ਭਰਾ ਨੇ ਦੇਖਣੀ ਆ, ਮੰਨ ਲਓ ਕੋਈ ਵੀ ਬੰਦਾ ਆਉਂਦਾ, ਉਹਨਾਂ ਨੂੰ ਦਿਖਾਉਣੀ ਹੈ ਪਲੇਟ, ਸਾਡੀ ਪਲੇਟ ਖੁੱਲੀ ਵੀ ਹੈ। ਠੀਕ ਹੈ ਜੀ, ਇੱਧਰ ਬੈਟਰੀਆਂ ਪਈਆਂ ਨੇ ਜੀ, ਇਹਨਾਂ ਦੀ ਗੱਲਬਾਤ ਹੈ ਜੀ? ਬੈਟਰੀਆਂ ਜੀ ਸਾਰੀ ਸਾਡੇ ਤੋਂ 150 ਐਂਪੀਅਰ, 165 ਐਂਪੀਅਰ, 170 ਐਂਪੀਅਰ, 200, 230 ਐਂਪੀਅਰ ਤੱਕ ਦੀ ਆਪਣੇ ਕੋਲ ਬੈਟਰੀਆਂ ਆਉਂਦੀਆਂ, ਫੁੱਲ ਹੈਵੀ ਰੇਂਜ ਦੇ ਵਿੱਚ ਇਨਵਰਟਰ ਬੈਟਰੀ ਆਉਂਦੀ ਹੈ ਆਪਣੀ, ਸੋਲਰ ਵਾਲੀ ਬੈਟਰੀ ਵੀ ਹੈ ਅਤੇ ਬਿਨਾਂ ਸੋਲਰ ਤੋਂ ਵੀ ਹੈ ਬੈਟਰੀ। ਠੀਕ ਹੈ ਜੀ, ਹਾਂਜੀ ਹਾਂਜੀ। ਤੇ ਜਿਵੇਂ ਇਹ 'ਚ ਜਿਵੇਂ ਯੂਟੀਐਲ ਦੀ ਬੈਟਰੀ ਹੋ ਗਈ ਹਨਾ ਜੀ, ਜਿਵੇਂ ਵੀ ਕਿੰਨੇ 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 ਕਿਲੋ ਵਾਟ ਦੇ ਸੋਲਰ ਦੇ ਉੱਤੇ ਕਿੰਨੀਆਂ ਬੈਟਰੀਆਂ ਟਿਕਣਗੀਆਂ, ਇਹਦੀ ਕੀ ਗੱਲਬਾਤ ਹੁੰਦੀ ਹੈ? ਜਿਹੜੀ ਸੋਲਰ ਦੇ ਉੱਤੇ ਲੱਗੂਗੀ ਉਹ ਆਫ ਗ੍ਰਿਡ ਸੋਲਰ ਦੇ ਉੱਤੇ ਬੈਟਰੀ ਲੱਗਦੀ ਹੈ, 1 ਕਿਲੋ ਵਾਟ ਤੇ 1, 2 ਕਿਲੋ ਵਾਟ ਤੇ 2, 3 ਕਿਲੋ ਵਾਟ ਤੇ 4, 5 ਕਿਲੋ ਵਾਟ ਤੇ 4 ਜਾਂ 8। ਇਹ ਤੋਂ ਬਾਅਦ ਬਾਅਦ ਬੈਟਰੀ ਜਿਵੇਂ ਜਿਵੇਂ ਸੋਲਰ ਵਧੀ ਜਾਊਗਾ ਬੈਟਰੀਆਂ ਦੀ ਕਪੈਸਿਟੀ ਵਧੀ ਜਾਂਦੀ ਹੈ ਜੀ ਉਸ ਹਿਸਾਬ ਨਾਲ। ਇਹ ਸਿਰਫ ਆਫ ਗ੍ਰਿਡ ਜਾਂ ਹਾਈਬ੍ਰਿਡ ਦੇ ਵਿੱਚ ਲੱਗਦੀ ਹੈ ਜੀ, ਔਨ ਗ੍ਰਿਡ ਸੋਲਰ ਦੇ ਵਿੱਚ ਨਹੀਂ ਲੱਗਦੀ ਜੀ ਬੈਟਰੀ। ਇਹ ਜਿਵੇਂ ਤੁਸੀਂ ਆਫ ਗ੍ਰਿਡ ਔਨ ਗ੍ਰਿਡ ਕਿਹਾ, ਇਹਨਾਂ ਦਾ ਕੀ ਮਤਲਬ ਹੈ ਪੰਜਾਬੀ 'ਚ ਜੀ? ਇਹ ਪੰਜਾਬੀ 'ਚ ਜਿਹੜਾ ਆਫ ਗ੍ਰਿਡ ਹੈ ਜੀ, ਉਹ ਤਾਂ ਜਿਵੇਂ ਮੰਨ ਲਓ ਸਪੋਜ਼ ਕਰੋ ਜਿੰਨਾ ਸਵੇਰੇ ਵਾਲਾ ਆਪਣਾ ਲੋਡ ਹੈ ਸਾਰਾ ਆਪਣਾ ਸੂਰਜ 'ਤੇ ਚੱਲੀ ਜਾਂਦਾ,
ਪਲੱਸ ਮਾਈਨਸ ਯੂਨਿਟਾਂ ਆਪਣੇ ਮੀਟਰਾਂ ਦੇ ਵਿੱਚ ਹੋਈ ਜਾਂਦੀਆਂ ਜੀ, ਉਧਰੋਂ ਹੀ ਪਲੱਸ ਮਾਈਨਸ ਹੋ ਜਾਂਦੀ, ਉਹ ਬੈਟਰੀਆਂ ਦੀ ਲੋੜ ਨਹੀਂ ਪੈਂਦੀ, ਉਸ ਵਿੱਚ ਬੈਟਰੀਆਂ ਔਨ ਗ੍ਰਿਡ ਸੋਲਰ ਦੇ ਵਿੱਚ ਬੈਟਰੀ ਦੀ ਲੋੜ ਨਹੀਂ ਪੈਂਦੀ ਜੀ। ਮਤਲਬ ਔਨ ਗ੍ਰਿਡ ਸੋਲਰ ਸਸਤਾ ਬਹੁਤ ਪੈ ਜਾਂਦਾ ਹੋਊ ਜੀ? ਹਾਂਜੀ ਹਾਂਜੀ, ਸਸਤਾ ਪੈ ਜਾਂਦਾ, ਆਫ ਗ੍ਰਿਡ ਦੇ ਮੁਕਾਬਲੇ ਸਸਤਾ ਪੈ ਜਾਂਦਾ ਜੀ ਉਹ। ਠੀਕ ਹੈ ਜੀ। ਹਾਂਜੀ ਹਾਂਜੀ। ਤੇ ਲਓ ਜੀ, ਆਪਾਂ ਨੂੰ ਔਨ ਗ੍ਰਿਡ ਸੋਲਰ ਲਾਉਣਾ ਚਾਹੀਦਾ ਜਾਂ ਆਫ ਗ੍ਰਿਡ, ਹੈ ਨਾ? ਤੇ ਇਹ ਆਪਣੇ ਵਿਊਰਸ ਨੇ ਦੇਖਣਾ ਜੀ। ਤੇ ਮੇਰੇ ਹਿਸਾਬ ਨਾਲ ਅੱਜ ਕੱਲ ਪਿੰਡਾਂ ਦੇ ਵਿੱਚ ਤਾਂ ਔਨ ਗ੍ਰਿਡ ਹੀ ਜ਼ਿਆਦਾ ਲੱਗ ਰਿਹਾ ਜੀ, ਹੈ ਨਾ? ਹਰ ਇੱਕ ਘਰ ਦੇ ਵਿੱਚ ਉਹ ਔਨ ਗ੍ਰਿਡ ਹੀ ਜ਼ਿਆਦਾ ਲੱਗਦਾ ਜੀ। ਜੇ 95% ਔਨ ਗ੍ਰਿਡ ਲੱਗਦਾ ਹੈ ਜੀ, 5% ਆਫ ਗ੍ਰਿਡ ਲੱਗਦਾ ਜੀ। ਬਹੁਤ ਘੱਟ ਲੋਕ ਲਾਉਂਦੇ ਆਫ ਗ੍ਰਿਡ ਜੀ, ਆਫ ਗ੍ਰਿਡ ਕਿਉਂਕਿ ਇੱਕ ਤਾਂ ਕੋਸਟ ਵੱਧ ਜਾਂਦੀ ਹੈ ਜੀ। ਇੱਕ ਜੇ ਕੋਈ ਬੰਦਾ ਕਹਿੰਦੇ ਮੈਂ ਬੈਕਅਪ ਲੈਣਾ, ਕੋਈ ਮੈਂ ਸ਼ਾਮ ਰਾਤ ਨੂੰ ਏਸੀ ਨਹੀਂ ਬੰਦ ਕਰਨਾ, ਅਗਰ ਲਾਈਟ ਚਲੀ ਜਾਵੇ ਮੈਂ ਏਸੀ ਬੰਦ ਤੋਂ ਬਿਨਾਂ ਨਹੀਂ ਸੌ ਸਕਦਾ, ਤਾਂ ਉਹਨਾਂ ਲਈ ਆਫ ਗ੍ਰਿਡ ਬੈਸਟ ਹੈ ਜੀ। 5 ਕਿਲੋਵਾਟ ਦੇ ਸੋਲਰ ਦੇ ਉੱਤੇ ਆਪਾਂ 1.5 ਟਨ ਦਾ ਏਸੀ ਚਲਾ ਸਕਦੇ ਹਾਂ ਜੀ। ਠੀਕ ਹੈ ਜੀ। ਹਾਂਜੀ ਹਾਂਜੀ। ਚਲੋ ਜੀ, ਇੱਧਰ ਵੀ ਬੈਟਰੀ ਪਈਆਂ ਨੇ। ਤੇ ਆਹ ਪਾਈਪਾਂ ਵੀਰ ਜੀ ਵੱਡੀਆਂ ਵੱਡੀਆਂ, ਅਸੀਂ ਮੋਟਰਾਂ ਲਾਉਂਦੇ ਹਾਂ ਜੀ। ਅੱਛਾ, ਖੇਤਾਂ ਵਾਲੇ ਸੋਲਰ ਮੋਟਰਾਂ ਜੀ, ਮੋਟਰਾਂ ਦੀਆਂ ਮੰਨ ਲਓ 3 HP, 5 HP, 7.5 ਤੇ 10 HP, ਜੋ ਵੀ ਮੋਟਰ ਬੰਦਾ ਲਵਾਉਣਾ ਚਾਹੁੰਦਾ ਜੀ, ਉਹ ਪਾਈਪਾਂ ਨੇ ਜੀ। ਸਟਰਕਚਰ ਲੱਗ ਸਟਰਕਚਰ ਯੂਜ਼ ਹੁੰਦੀ ਹੈ, ਮਤਲਬ ਜਿਹੜੇ ਏਰੀਆ 'ਚ ਪਾਣੀ ਦਾ ਲੈਵਲ ਉੱਪਰ ਹੈ ਜੀ, ਉਹ ਏਰੀਆ 'ਚ ਮੋਟਰ ਲਾ ਲੱਗ ਜਾਂਦੀ। ਹਾਂਜੀ 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 ਹਾਂਜੀ। ਠੀਕ ਹੈ ਜੀ। ਤੇ ਆਹ ਇੱਧਰ ਵਾਸ਼ਿੰਗ ਮਸ਼ੀਨ ਪਈਆਂ ਨੇ, ਤੇ UTL ਦੀਆਂ ਵਾਸ਼ਿੰਗ ਮਸ਼ੀਨ ਵੀ ਆਉਂਦੀਆਂ ਨੇ। ਤੇ ਇਹ ਨਾ ਸੋਚੋ ਵੀ UTL ਦਾ ਇਕੱਲਾ ਸੋਲਰ ਹੀ ਆਉਂਦਾ ਜੀ, ਹੈ ਨਾ? UTL ਬ੍ਰਾਂਡ ਆ ਜਿਹੜਾ ਇਕੱਲੇ ਸੋਲਰ ਦੇ ਨਾਮ ਤੇ ਮਸ਼ਹੂਰ ਹੋਇਆ ਹੋਇਆ ਜੀ, ਹੈ ਨਾ? ਫੇਮਸ ਬਹੁਤ ਨੇ। ਤੇ 6.5 ਕਿਲੋ, 7.5 ਕਿਲੋ ਤੇ 8.5 ਕਿਲੋ ਦੀ ਬਹੁਤ ਅੱਛੀ ਰੇਂਜ ਦੇ ਵਿੱਚ, ਆਪਣੇ ਵਾਸ਼ਿੰਗ ਮਸ਼ੀਨਾਂ ਆਉਂਦੀਆਂ। ਤੁਸੀਂ ਦੇਖੋ ਜੀ ਆਪਣੇ ਕੋਲ ਕਿੰਨੇ ਸਟੋਕ ਦੇ ਵਿੱਚ ਪਈਆਂ ਵਾਸ਼ਿੰਗ ਮਸ਼ੀਨਾਂ, ਦੇਖੋ ਰੱਖਣ ਨੂੰ ਜਗ੍ਹਾ ਨਹੀਂ ਹੈਗੀ ਜੀ। ਲਓ ਜੀ, ਵਾਸ਼ਿੰਗ ਮਸ਼ੀਨਾਂ ਬਹੁਤ ਪਈਆਂ ਨੇ। ਤੇ ਵੀਰ ਕਹਿੰਦੇ ਬਹੁਤ ਅੱਛੀ ਕੁਆਲਿਟੀ ਦੀਆਂ ਆਉਂਦੀਆਂ ਨੇ, ਹੈ ਨਾ? ਤੇ ਬਾਕੀ ਤੁਸੀਂ ਸ਼ੋਰੂਮ ਤੇ ਵਿਜ਼ਿਟ ਕਰੋ, ਹੈ ਨਾ? ਸ਼ੋਰੂਮ ਤੇ ਵਿਜ਼ਿਟ ਕਰਕੇ ਸਾਰੀ ਨੌਲੇਜ ਮਿਲੂਗੀ ਜੀ, ਹੈ ਨਾ? ਤੇ ਇੰਨਾ ਆਪਾਂ ਬਲੌਗ 'ਚ ਵੀ ਨਹੀਂ ਦੱਸ ਸਕਦੇ, ਬਲੌਗ ਬਹੁਤ ਲੰਬਾ ਹੋ ਜਾਂਦਾ ਜੀ, ਹੈ ਨਾ? ਹਾਂਜੀ ਜੀ। ਪਿੱਛੇ ਆਪਾਂ ਬੈਟਰੀ ਦੇਖਦੇ ਨੇ, ਹੈ ਨਾ? ਸ਼ੋਰੂਮ ਬਹੁਤ ਵੱਡਾ, ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਸੀਗਾ। ਆਹ ਇੱਧਰ ਵੀਰੇ ਕੋਲ ਇਨਵਰਟਰ ਪਏ ਨੇ, ਤੇ ਬੈਟਰੀ ਵੀ ਪਈਆਂ ਨੇ, ਤੇ ਆਹ ਜਿਹੜਾ ਵਿਚਲਾ ਸਿਸਟਮ ਸਾਰਾ ਸੋਲਰ ਸਿਸਟਮ ਚਲਾ ਦੇ, ਵਾਇਰਿੰਗ ਜੋ ਵੀ ਅਸੈਸਰੀਜ਼ ਨੇ ਸਾਰੀਆਂ ਹੋਲਸੇਲ ਰੇਟ ਦੇ ਵਿੱਚ। ਮਤਲਬ ਇਹ ਵੀ ਹੈ ਵੀ ਸਭ ਕੁਝ ਹੀ ਤੁਹਾਡੇ ਕੋਲੋਂ ਮਿਲ ਜਾਂਦਾ ਜੀ, ਹੈ ਨਾ? ਹਾਂਜੀ ਹਾਂਜੀ, A to Z ਅਸੈਸਰੀ ਸਾਡੀ ਸੋਲਰ ਦੀ ਸਾਰੀ ਸਾਡੇ ਕੋਲੇ ਹੁੰਦੀ ਹੈ। ਆਲਮੋਸਟ ਪਿੰਡਾਂ ਮੰਡੀਆਂ ਦੇ ਵਿੱਚ ਲੋਕ ਸਾਡੇ ਤੋਂ ਲੈ ਕੇ ਜਾਂਦੇ ਆ ਜੀ। ਨੀਅਰ ਅਬਾਊਟ 100 ਕਿਲੋਮੀਟਰ ਦੇ ਵਿੱਚ ਆਪਣੇ ਸ਼ੋਰੂਮ, ਜਿੱਡਾ ਸ਼ੋਰੂਮ ਨਹੀਂ ਹੋਣਾ ਕਿਸੇ ਵੀ ਬੰਦੇ ਦਾ। ਠੀਕ ਹੈ ਜੀ। ਬਠਿੰਡੇ ਏਰੀਆ ਦੇ ਵਿੱਚ 100 ਕਿਲੋਮੀਟਰ ਤੱਕ ਜੀ, 100 ਕਿਲੋਮੀਟਰ ਤੱਕ ਆਪਣਾ ਸ਼ੋਰੂਮ, ਜਿੱਡਾ ਸ਼ੋਰੂਮ ਨਹੀਂ ਹੋਣਾ। ਆਪਣੇ ਬਠਿੰਡੇ ਸ਼ਹਿਰ ਦੇ ਵਿੱਚ 2 ਸ਼ੋਰੂਮ ਨੇ, ਇੱਕ ਬਠਿੰਡੇ ਮੇਨ ਬਰਨਾਲਾ ਬਾਈਪਾਸ ਤੇ ਹੋਟਲ ਸਫਾਇਰ ਦੇ ਨਾਲ, ਇੱਕ ਬਠਿੰਡੇ ਕਿਲਾ ਸਾਹਿਬ ਦੇ ਬਿਲਕੁਲ ਸਾਹਮਣੇ ਓਪੋਜ਼ਿਟ ਆਪਣਾ 27 ਸਾਲ ਪੁਰਾਣਾ ਸ਼ੋਰੂਮ ਹੈ ਜੀ ਉੱਥੇ। ਠੀਕ ਹੈ ਜੀ। ਹਾਂਜੀ ਹਾਂਜੀ। ਮਤਲਬ ਤੁਸੀਂ ਇੱਕ ਤਾਂ ਆਹ ਸ਼ੋਰੂਮ ਤੁਸੀਂ ਕਵਰ ਕਰ ਰਹੇ ਹੋ ਜੀ, ਦੂਜਾ ਸ਼ੋਰੂਮ? ਦੂਜੇ ਤੇ ਜੀ ਮੇਰਾ ਬ੍ਰਦਰ ਬੈਠ ਰਿਹਾ ਜੀ ਵੱਡਾ। ਠੀਕ ਹੈ ਜੀ। ਦੋਨੇ ਭਰਾ ਰਲ ਕੇ ਤੁਸੀਂ ਮਤਲਬ ਸ਼ੋਰੂਮ ਕਵਰ ਕਰੀ ਜਾਂਦੇ? ਠੀਕ ਹੈ ਜੀ। ਤੇ ਇੱਕ ਵੀਰ ਜੀ, ਜਿਹੜਾ ਆਪਣਾ ਐਡਰੈਸ ਹੈ ਆਪਾਂ ਚੱਲਦੇ ਬਲੌਗ 'ਚ ਨਾਲ ਹੀ ਦੱਸ ਦਈਏ ਜੀ, ਹੈ ਨਾ? ਕੀ ਐਡਰੈਸ ਆ ਜੀ ਆਪਣੇ ਜਿਹੜੇ ਸ਼ੋਰੂਮ ਦਾ? ਮੇਨ ਬਰਨਾਲਾ ਬਾਈਪਾਸ, ਨੀਅਰ ਹੋਟਲ ਸਫਾਇਰ, ਸਾਹਮਣੇ ਗੁਰੂ ਘਰ, ਰੈੱਡ ਲਾਈਟਸ, ਗ੍ਰੀਨ ਸਿਟੀ ਵਾਲੀਆਂ ਲਾਲ ਲਾਈਟਾਂ ਦੇ ਉੱਪਰ ਹੀ ਆਪਣਾ ਸ਼ੋਰੂਮ ਹੈ। ਠੀਕ ਹੈ ਜੀ। ਹਾਂਜੀ ਹਾਂਜੀ। ਤੇ ਇੱਕ ਕਨੈਕਟ ਨੰਬਰ ਕਿੰਨਾ ਜੀ? ਕੰਟੈਕਟ ਨੰਬਰ 98-141-6670। ਠੀਕ ਹੈ। ਲਓ ਜੀ, ਕੰਟੈਕਟ ਨੰਬਰ ਕਰ ਲਓ ਨੋਟ, ਹੈ ਨਾ? ਵੀਰ ਨੂੰ ਫੋਨ ਜ਼ਰੂਰ, ਔਰ ਵੀਰ ਜੀ ਆਪਾਂ ਫੋਨ ਤੇ ਨੌਲੇਜ ਜ਼ਰੂਰ ਦੇਣੀ ਆਪਣੇ ਵਿਊਰਸ ਨੂੰ। ਹਾਂਜੀ, ਸਾਨੂੰ ਤਾਂ ਕੋਈ ਬੰਦਾ ਫੋਨ ਕਰ ਲੇ, ਅਸੀਂ ਉਹਨੂੰ ਨੌਲੇਜ ਜ਼ਰੂਰ ਦਿੰਦੇ ਹਾਂ। ਠੀਕ ਹੈ ਜੀ। ਹਾਂਜੀ ਹਾਂਜੀ। ਚਲੋ ਜੀ, ਇੱਕ ਇੱਧਰ ਜਿੰਨੇ ਮੈਂ ਤੁਹਾਨੂੰ ਪਹਿਲਾਂ ਕਿਹਾ ਸੀਗਾ ਨਾ ਕਿੰਨੇ ਪ੍ਰੋਡਕਟਸ ਆਉਂਦੇ ਨੇ, ਤੇ ਇੱਧਰ ਸਾਰੇ ਪ੍ਰੋਡਕਟ ਪਏ ਨੇ UTL ਦੇ। ਹਾਂਜੀ, ਵਾਸ਼ਿੰਗ ਮਸ਼ੀਨ ਹੈ 8.5 ਕਿਲੋ ਦੀ ਜੀ। ਠੀਕ ਹੈ ਜੀ। ਬਾਜ਼ਾਰ ਦੇ ਵਿੱਚ 15,000 ਤੋਂ ਘੱਟ ਨਹੀਂ ਮਿਲਦੀ, ਸਾਡੇ ਤੋਂ ਬੰਦਾ 11,000 ਰੁਪਏ ਦੀ ਲੈ ਲੇ। ਠੀਕ ਹੈ ਜੀ। ਵਾਸ਼ਿੰਗ ਮਸ਼ੀਨ ਤੇ ਇਹਦੀ ਕੀ ਗਰੰਟੀ ਵਾਰੰਟੀ ਹੋਊ ਜੀ? ਗਰੰਟੀ ਜੀ 5 ਸਾਲ ਦੀ ਤਾਂ ਮੋਟਰ ਦੀ ਹੁੰਦੀ ਹੈ। ਹਾਂਜੀ। 1 ਸਾਲ ਦੀ ਫੁੱਲ ਰਿਪਲੇਸਮੈਂਟ ਹੈ ਜੀ ਇਹਦੀ, ਅਗਰ ਕੁਛ ਵੀ ਖਰਾਬ ਹੁੰਦਾ ਇਹਦਾ। ਠੀਕ ਹੈ ਜੀ। ਹਾਂਜੀ ਹਾਂਜੀ, ਪਹਿਲਾਂ ਸਾਡਾ ਇੰਜੀਨੀਅਰ ਜਾਊਗਾ 24 ਘੰਟਿਆਂ ਦੇ ਵਿੱਚ ਘਰੇ, ਅਗਰ ਨਹੀਂ ਠੀਕ ਹੁੰਦੀ ਉਹਦੇ ਬਸ ਤੋਂ ਗਲਤ ਤੋਂ ਬਸ ਤੋਂ ਬਾਹਰ ਹੋ ਗਈ ਤਾਂ ਅਸੀਂ ਇਹਨੂੰ ਰਿਪਲੇਸ ਵੀ ਕਰ ਸਕਦੇ ਹਾਂ। ਠੀਕ ਹੈ। 11,000 ਰੁਪਏ ਦੀ? 11,000 ਦੀ, 8.5 ਕਿਲੋ ਦੀ। ਠੀਕ ਹੈ ਜੀ। 8.5 ਕਿਲੋ ਦੀ 11,000 ਦੀ। ਰੇਟ ਦਾ ਬਹੁਤ ਫਰਕ ਹੈ ਜੀ, ਹੈ ਨਾ? 6 ਕਿਲੋ ਦੀ ਪਈ ਹੈ ਜੀ, ਓਪਨ 'ਚ ਲੱਗੀ ਵੀ ਹੈ। ਠੀਕ ਹੈ। ਇਹਦਾ ਕੀ ਰੇਟ ਹੈ ਜੀ? ਇਹ ਕੋਈ ਐਂ ਲਾ ਕੇ ਚਲੋ 7500 ਦੀ ਹੈ ਜੀ। ਠੀਕ ਹੈ। ਜਿਹੜੀ ਆਪਣੀ ਰੇਂਜ ਦੇ ਘਰਾਂ ਦੇ ਵਿੱਚ ਜ਼ਿਆਦਾਤਰ ਵਿਕਦੀ ਹੈ ਨਾ, 8.5 ਕਿਲੋ ਵਿਕਦੀ ਹੈ ਜੀ, ਆਪਣੇ 4 ਮੈਂਬਰ ਦਾ ਆਲਮੋਸਟ ਆਪਾਂ ਘਰ 'ਚ ਹੁੰਦੀ ਹੈ। ਹਾਂਜੀ। ਤਾਂ 8.5 ਕਿਲੋ ਦੀ ਵਾਸ਼ਿੰਗ ਮਸ਼ੀਨ ਵਿਕਦੀ ਹੈ ਸੀ ਇਹਦੀ, ਬਿਲਕੁਲ ਜੈਨੂਨ ਜੀ ਰੇਂਜ 11,000 ਰੁਪਏ ਕਸਟਮਰ ਵਾਸਤੇ ਰੱਖੀ ਹੋਈ ਹੈ ਕਿ ਇਹਨੂੰ ਹਰ ਇੱਕ ਬੰਦਾ, ਅਮੀਰ ਗਰੀਬ, ਹਰ ਇੱਕ ਬੰਦਾ ਨੂੰ ਲੈ ਸਕੇ, ਪਿੰਡਾਂ ਮੰਡੀ ਸ਼ਹਿਰ ਕੋਈ ਹਰ ਇੱਕ ਬੰਦਾ ਲੈ ਸਕੇ। ਤੁਸੀਂ ਦੇਖੋ ਜੀ ਕਿਹੜੀ ਡਿਜੀਟਲ ਮਸ਼ੀਨ ਹੈ ਜੀ, 11,000 ਰੁਪਏ ਦੇ ਵਿੱਚ ਤਾਂ ਕੁਛ ਵੀ ਨਹੀਂ ਆਉਂਦਾ ਜੀ। ਇਹ ਬਾਜ਼ਾਰ 'ਚ 20,000 ਤੋਂ ਘੱਟ ਨਹੀਂ ਮਿਲਦੀ ਜੀ। ਠੀਕ ਹੈ। ਆਪਣੀ ਮਿਕਸੀ ਆਉਂਦੀ ਹੈ ਜੀ।
ਠੀਕ ਹੈ ਜੀ UTR ਦੀ ਮਿਕਸੀ ਠੀਕ ਹੈ ਜੀ ਇਹਦੀ ਕੀ ਕੁਆਲਿਟੀ ਹੈ ਜੀ ਇਹ ਕੁਆਲਿਟੀ ਹੈ ਜੀ ਤਿੰਨ ਡੱਬੇ ਨਾਲ ਹੈ ਜੀ ਇਹਦੇ ਮਿਕਸੀ ਦੇ ਮੰਨ ਲਓ ਜਿਨ੍ਹਾਂ ਨੂੰ ਵੀ ਅੱਜ ਤੱਕ ਦਿੱਤੀ ਹੈ ਸਾਨੂੰ ਕਦੇ ਲਾਂਭਾ ਨਹੀਂ ਆਇਆ ਜੀ ਕਿਉਂਕਿ ਲੇਡੀਜ਼ ਦੇ ਵਰਤਣ ਵਾਲੀ ਆਈਟਮ ਆਪਾਂ ਤਾਂ ਨਹੀਂ ਯੂਜ਼ ਕੀਤੀ ਵੀ ਘਰਾਂ 'ਚ ਸਾਨੂੰ ਅੱਜ ਤੱਕ ਲਾਂਭਾ ਨਹੀਂ ਆਇਆ ਜੀ ਕੋਈ ਮਿਕਸੀ ਸਾਡੀ ਵਾਪਸ ਨਹੀਂ ਆਈ ਰੈਗੂਲਰ ਬੇਸ ਤੇ 5-10-15 ਮਿਕਸੀਆਂ ਮੰਨ ਲਓ ਮਹੀਨੇ ਦੇ ਵਿੱਚ ਵਿਕਦੀਆਂ ਵਿਕਦੀਆਂ ਠੀਕ ਹੈ ਜੀ ਕੀ ਗਰੰਟੀ ਵਰੰਟੀ ਕੀ ਹੋਈ ਹੈ ਜੀ ਇੱਕ ਸਾਲ ਦੀ ਗਰੰਟੀ ਜੀ ਠੀਕ ਹੈ ਜੀ ਪ੍ਰਾਈਸ ਜੀ ਪ੍ਰਾਈਸ ਇਹਦਾ 2,2500 2,2200 300 ਵੀ ਅਲੱਗ ਅਲੱਗ ਮਾਡਲ ਦੇ ਹਿਸਾਬ ਨਾਲ ਬਸ ਇੱਥੇ ਜੇ ਪ੍ਰਾਈਸ ਹੁੰਦਾ ਠੀਕ ਹੈ ਇਸ ਚੀਜ਼ ਦਾ ਆ ਪਾਰਟੀ ਸਿਸਟਮ ਆਉਂਦਾ ਜੀ ਮਿਊਜ਼ਿਕ ਸਿਸਟਮ ਆ ਗਿਆ ਜੀ ਹਾਂ ਜੀ ਆ ਪਿਆ ਜੀ ਇਹ ਮਿਊਜ਼ਿਕ ਦੇ ਵਿੱਚ ਮੰਨ ਲਓ ਸਪੀਕਰ ਹੈ ਜੀ ਬੂਫਰ ਹੈ ਮੰਨ ਲਓ ਇਹਦੀ ਕੋਈ ਕੋਸਟ 4,000 ਰੁਪਏ ਦੀ ਹੈ ਜੀ ਤੇ ਇਹ ਮੰਨ ਲਓ 50 ਬੰਦੇ ਦੀ ਘਰੇ ਪਾਰਟੀ ਹੈ ਤਾਂ ਆਪਾਂ ਨੂੰ ਡੀਜੇ ਵਾਲੇ ਤੋਂ ਡੀਜੇ ਕਰਾਉਣ ਦੀ ਲੋੜ ਨਹੀਂ ਠੀਕ ਹੈ ਜੀ ਅਗਰ ਡੀਜੇ ਕਰਾ ਲਿਆ 4,000 ਰੁਪਏ ਬੰਦਾ ਲੈ ਜੂਗਾ ਮਤਲਬ ਤੁਸੀਂ ਐਵੇਂ ਕਹਿ ਰਹੇ ਹੋ ਜੀ ਵੀ ਜਿਹੜੇ UTL ਦੇ ਸਾਰੇ ਪ੍ਰੋਡਕਟ ਨੇ ਨਾਲੇ ਤਾਂ ਇਹ ਸਸਤੇ ਤੇ ਨਾਲੇ ਕੁਆਲਿਟੀ ਬਹੁਤ ਚੰਗੀ ਹੈ ਕੁਆਲਿਟੀ ਬਹੁਤ ਚੰਗੀ ਹੈ ਜੀ ਏ ਗ੍ਰੇਡ ਪੈਨਲ ਦੇ ਨਾਲ LCD ਹੈ ਜੀ ਤੁਸੀਂ ਆ ਦੇਖੋ ਜੀ ਆਪਣੇ ਕੈਮਰੇ ਚੱਲਦੇ ਹਾਂਜੀ ਦੇਖੋ ਕਿੰਨੀ ਵਧੀਆ ਕੁਆਲਿਟੀ ਨਾਲ ਤੁਹਾਨੂੰ ਕੈਮਰਾ ਦਿਖ ਰਿਹਾ ਹੈ ਜੀ ਦੇਖੋ ਜੀ ਬਾਹਰ ਆਪਣਾ ਕੌਣ ਬੰਦਾ ਬੈਠਾ ਆਪਾਂ ਖੜੇ ਹਾਂ ਜੀ ਹਾਂਜੀ ਕਿੰਨੇ ਟੌਪ ਕਲਾਸ ਤਰੀਕੇ ਨਾਲ ਆਪਣੀ ਬਾਹਰ ਬਾਈਕਸ ਖੜੇ ਹੈ ਤੁਸੀਂ ਦਿਖਾ ਸਕਦੇ ਹੋ ਜੀ ਜਿੰਨੀ ਕੁ ਲੋੜ ਦੇ ਮੁਤਾਬਕ ਅਗਲਾ ਕਹਿੰਦਾ ਜੀ ਮੈਂ ਇਨਵਰਟਰ ਬੈਟਰੀ ਮੇਰਾ ਇਨਵਰਟਰ ਬੈਟਰੀ ਪਲੇਟਾਂ ਨਾਲ ਹੀ ਚਾਰਜ ਹੋਈ ਚੱਲੇ ਤਾਂ ਉੱਥੇ ਅਸੀਂ ਆਹ ਪਲੇਟ ਲਗਾ ਦਿੰਦੇ ਹਾਂ ਬਸ ਕੱਲਾ ਵੀ ਇਨਵਰਟਰ ਚਾਰਜ ਹੋਣਾ ਜਿਹਨੂੰ ਚਾਹੀਦਾ ਇਨਵਰਟਰ ਚਾਰਜ ਦੀ ਲੋੜ ਹੈ ਜਿਹਨੂੰ ਅੱਧਾ ਕਿਲੋ ਵਾਟ ਦਾ ਪਲੇਟ ਅਸੀਂ ਆਹ ਲਾ ਦਿੰਦੇ ਹਾਂ ਛੋਟੀ ਪਲੇਟ ਵੀ ਆਉਂਦੀ ਹੈ ਠੀਕ ਹੈ ਜੀ ਅਗਲਾ ਖਰਚਾ ਘੱਟ ਹੁੰਦਾ ਨਾਲੇ ਸੋਲਰ ਲੱਗ ਜਾਂਦਾ ਹੈ ਅਗਲੇ ਇਨਵਰਟਰ ਦਾ ਮੰਨ ਲਓ ਬਿਜਲੀ ਤੇ ਨਹੀਂ ਚੱਲਦਾ ਫਿਰ ਸੋਲਰ ਤੇ ਚੱਲਦਾ ਠੀਕ ਹੈ ਜੀ ਹਾਂਜੀ ਹਾਂਜੀ ਜਿਵੇਂ ਹੁਣ ਆਪਣੇ ਜੀ ਆਹ ਆਫ ਗ੍ਰਿਡ ਇਨਵਰਟਰ ਆ ਗਏ ਜੀ ਅਲਫਾ ਜਿਹਨਾਂ ਨੇ ਤੁਹਾਨੂੰ ਦੱਸਿਆ ਜੀ ਆਫ ਗ੍ਰਿਡ 1 ਕਿਲੋਵਾਟ ਤੋਂ ਲੈ ਕੇ ਜੀ ਆਪਣੇ 15 ਕਿਲੋਵਾਟ ਤੱਕ ਦੇ ਇਨਵਰਟਰ ਆਉਂਦੇ ਆਫ ਗ੍ਰਿਡ ਦੇ ਵਿੱਚ ਠੀਕ ਹੈ ਜੀ ਜਿੰਨੇ ਮਰਜ਼ੀ ਬੰਦਾ ਜਿਸ ਹਿਸਾਬ ਨਾਲ ਆਪਣਾ ਘਰੇ ਲਗਵਾਉਣਾ ਚਾਹੁੰਦੇ ਆ ਉਸ ਹਿਸਾਬ ਨਾਲ ਲੱਗ ਸਕਦਾ ਲੱਗ ਸਕਦਾ ਆ ਸਾਰੇ ਇਨਵਰਟਰਸ ਦੇ ਮਾਡਲ ਪਏ ਨੇ ਜੀ ਤੁਸੀਂ ਨਿਗਾਹ ਕਰਵਾਓ ਠੀਕ ਇਹ ਅਲੱਗ ਅਲੱਗ ਮਾਡਲ ਪਏ ਨੇ ਇਨਵਰਟਰਸ ਦੇ ਤੇ ਇਹ ਵੀ ਜਿਵੇਂ ਕਿੰਨੇ ਕਿੰਨੇ ਵਾਟ ਦੇ ਨੇ ਇਹ ਤਿੰਨੇ ਇਹ 1 ਕਿਲੋਵਾਟ ਦਾ ਜੀ ਇਹ 475 ਵਾਟ ਦਾ ਜੀ ਇਹ 1 ਕਿਲੋਵਾਟ ਦਾ ਜੀ ਮੰਨ ਲਓ ਇਹ 1 ਕਿਲੋਵਾਟ ਤੋਂ ਵੱਡਾ ਜਿੰਨਾ ਮਰਜ਼ੀ ਵੱਡਾ ਲੈ ਲਓ ਜੀ ਅੱਧਾ ਕਿਲੋ ਵਾਟ ਦਾ ਪਿਆ ਜੀ ਅੱਧਾ ਕਿਲੋ ਵਾਟ ਦਾ ਜੀ ਕਿਸੇ ਨੇ ਕੋਈ ਦੁਕਾਨ ਤੇ ਲਾਉਣਾ ਹੁੰਦਾ ਕਿਸੇ ਨੇ ਕੋਈ ਮੰਨ ਲਓ ਆਪਣੇ ਖੇਤਾਂ ਦੇ ਵਿੱਚ ਲਾਉਣਾ ਜੀ ਤਾਂ ਮੰਨ ਲਓ ਅੱਧਾ ਕਿਲੋ ਵਾਟ ਦਾ ਵੀ ਆਪਣੇ ਕੋਲ ਇਨਵਰਟਰ ਅਵੇਲੇਬਲ ਹੈ ਜੀ ਇਸ ਟਾਈਮ ਤੇ ਆ ਜਿਵੇਂ LCDਆਂ ਪਈਆਂ 32 ਇੰਚ 43 ਇੰਚ 55 ਇੰਚ 50 ਇੰਚ 43 ਇੰਚ ਤੇ ਆ 32 ਇੰਚ ਦੇ ਡੱਬੇ ਪਏ ਨੇ ਜੀ ਇੱਕ ਡੱਬੇ 'ਚ 3 ਹੁੰਦੀਆਂ ਨੇ ਜੀ ਤੇ ਜਿਵੇਂ ਹੁਣ ਇੱਕ ਆਪਣੀਆਂ ਐਮਰਜੈਂਸੀ ਲਾਈਟ ਆਉਂਦੀ ਹੈ ਜੀ ਇਹ ਤੁਸੀਂ ਆਪਣੀ ਕਾਰ ਦੇ ਵਿੱਚ ਰੱਖ ਕੇ ਮੋਟਰਸਾਈਕਲ ਦੇ ਉੱਤੇ ਰੱਖ ਕੇ ਜਿਵੇਂ ਮਰਜ਼ੀ ਬਾਹਰ ਅੰਦਰ ਕਿਤੇ ਮਰਜ਼ੀ ਲੈ ਕੇ ਜਾ ਸਕਦੇ ਉਹਦੇ ਵਿੱਚ 3 ਬੱਲਬ ਨੇ ਪਲੇਟ ਨਾਲ ਹੈ ਅਤੇ ਇਹਦਾ ਕੰਟਰੋਲਰ ਨਾਲ ਹੈ ਇਹਨੂੰ ਤੁਸੀਂ ਜਿੱਥੇ ਮਰਜ਼ੀ ਜਾ ਕੇ 3 ਬੱਲਬ ਮੰਨ ਲਓ ਚਲਾ ਸਕਦੇ ਹੋ ਇਹਨੂੰ ਇਹਦੀ ਕੋਈ ਕੋਸਟ 2,500 ਰੁਪਏ ਦੀ ਕੋਸਟ ਹੈ ਜੀ ਇਹਦੀ ਬਹੁਤ ਸਸਤੀ ਕੋਸਟ ਹੈ ਜੀ ਇਹਦੀ ਐਮਰਜੈਂਸੀ ਸੋਲਰ ਐਨਰਜੀ ਕਿੱਟ ਐਮਰਜੈਂਸੀ ਲਾਈਟ ਕਹਿੰਦੇ ਆ ਜੀ ਇਹਨੂੰ 6 ਵਾਟ ਦੀਆਂ ਇਹਦੇ ਵਿੱਚ ਬੱਲਬ ਨੇ ਤੇ ਹਾਂਜੀ ਇੱਕ ਇੱਧਰ ਗੀਜ਼ਰ ਪਿਆ ਹੈ ਨਾ ਵੀਰ ਜੀ ਕੀ ਕੁਆਲਿਟੀ ਇਹਦੀ ਗੀਜ਼ਰ ਦੀ ਕੀ ਗਰੰਟੀ ਹੈ ਜੀ ਵੀਰ ਜੀ ਗੀਜ਼ਰ ਨਾ ਜੀ 1 ਕਿਲੋ ਦੀ ਤਾਂਬੇ ਦੀ ਕੋਇਲ ਨਾਲ ਆਉਂਦਾ ਹੈ ਜੀ ਆਪਣਾ ਗੀਜ਼ਰ ਇਹਦੇ ਵਿੱਚ 24 ਮਹੀਨਿਆਂ ਦੀ ਗਰੰਟੀ ਹੈ ਜੀ ਇਹਦੀ ਗੀਜ਼ਰ ਨੂੰ ਕੁਛ ਵੀ ਹੋ ਗਿਆ ਇਹਦੀ ਇਹੋ ਜਿਹੀ ਕੁਆਲਿਟੀ ਹੈ ਕਿ ਅਸੀਂ ਕੰਪਨੀ ਦੀ ਵੱਲੋਂ 2 ਸਾਲ ਦੀ ਗਰੰਟੀ ਦੇ ਰਹੇ ਹਾਂ ਆਮ ਨੋਰਮਲ ਮਾਰਕੀਟ ਦੇ ਵਿੱਚ 2 ਸਾਲ ਦੀ ਗਰੰਟੀ ਵਾਲਾ ਕਿਸੇ ਗੀਜ਼ਰ ਦੀ ਕੋਈ ਚੀਜ਼ ਦੀ ਗਰੰਟੀ ਨਹੀਂ ਆਉਂਦੀ ਇੱਕ ਸੀਜ਼ਨ ਦੀ ਗਰੰਟੀ ਆਉਂਦੀ ਹੈ ਸਿਰਫ 6 ਮਹੀਨਿਆਂ ਦੀ ਗੀਜ਼ਰ ਦੀ ਗਰੰਟੀ ਆਉਂਦੀ ਹੈ ਉਹਦੇ ਵਿੱਚ 500-600 ਗ੍ਰਾਮ ਦੀ ਕੋਇਲ ਹੁੰਦੀ ਹੈ ਇਹਦੇ ਵਿੱਚ 1 ਕਿਲੋ ਦੀ ਕੋਇਲ 1 ਕਿਲੋ ਦੀ ਕੋਇਲ ਵੀ ਪੂਰਾ ਹੈਵੀ ਹੈ ਜੀ ਲਓ ਵੀ ਹੁਣ ਗੀਜ਼ਰ ਦਾ ਸੀਜ਼ਨ ਵੀ ਹੈਗਾ ਤੇ ਕਰੋ ਭਰਾ ਨੂੰ ਕੋਲ ਹਨਾ ਗੀਜ਼ਰ ਜ਼ਰੂਰ ਲੈ ਕੇ ਜਾਓ 2 ਸਾਲਾਂ ਦੀ ਗਰੰਟੀ ਹੈ ਜੀ ਤੇ ਇੱਧਰ ਟੌਰਚਾਂ ਪਈਆਂ ਨੇ ਜੀ ਆਪਣੇ ਖੇਤਾਂ ਦੇ ਵਿੱਚ ਆਪਾਂ ਨੂੰ ਆਮ ਹੀ ਪਿੰਡਾਂ ਵਾਲੇ ਲੋਕਾਂ ਨੂੰ ਲੋੜ ਪੈਂਦੀ ਰਹਿੰਦੀ ਹੈ ਟੌਰਚਾਂ ਦੀ ਜੀ ਹਨਾ ਜਿਵੇਂ ਕਿਸੇ ਨੂੰ ਛੋਟੀ ਟੌਰਚ ਦੀ ਲੋੜ ਹੈ ਤਾਂ ਬੰਦਾ ਛੋਟੀ ਟੌਰਚ ਲੈ ਸਕਦਾ ਹੈ ਇਹ ਕਿੰਨੇ ਦੀ ਹੈ ਜੀ ਛੋਟੀ ਇਹ ਕੋਈ 600 ਰੁਪਏ ਦੀ ਰੇਂਜ 'ਚ ਹੈ ਜੀ ਛੋਟੀ ਟੌਰਚ ਕੀ ਗਰੰਟੀ ਵਰੰਟੀ ਹੈ ਜੀ ਇਹਦੀ 1 ਸਾਲ ਦੀ ਜੀ ਫੁੱਲ
ਠੀਕ ਹੈ ਜੀ। ਇਹ ਹਾਂ ਜੀ ਇਹ ਵੱਡੀ ਟੋਰਚ ਹੈ ਜੀ 1200 ਦੀ ਹੈ। ਇਹ ਸਾਰੀ ਦੋਨੇ ਟੋਰਚਾਂ ਮੋਬਾਈਲ ਨਾਲ ਚਾਰਜ ਹੋ ਜਾਣਗੀਆਂ, ਮੋਬਾਈਲ ਚਾਰਜਰ ਦੇ ਚਾਰਜਰ ਨਾਲ ਚਾਰਜ ਹੁੰਦੀਆਂ ਜੀ। ਠੀਕ ਹੈ ਜੀ। ਇਹਨਾਂ ਦੇ ਵਿੱਚ ਲਿਥੀਅਮ ਬੈਟਰੀ ਹੁੰਦੀ ਹੈ ਜੀ ਜਿਹੜੀ ਕਿ 10-10 ਸਾਲ ਚੱਲ ਜਾਂਦੀ ਹੈ, 10-10 ਸਾਲ। ਠੀਕ ਹੈ ਜੀ। ਮਤਲਬ ਚਾਨਣ ਬਹੁਤ ਇਹਨਾਂ ਦਾ ਜੀ, ਪੂਰਾ ਚਾਨਣ ਹੈ ਜੀ ਪੂਰਾ। ਮੈਂ ਕਹਿੰਦਾ ਪੂਰਾ ਚਾਨਣ ਹੈ ਜੀ, ਆਪਾਂ ਨੂੰ ਆਪ ਨੂੰ ਆਪਣੇ ਭਰਾਵਾਂ ਨੂੰ ਕਿਸਾਨ ਵੀਰਾਂ ਨੂੰ ਬਹੁਤ ਲੋੜ ਰਹਿੰਦੀ ਹੈ ਟੋਰਚ ਦੀ ਜੀ। ਲਓ ਜੀ ਹੋਰ ਵੀ ਜਿਹੜਾ ਕੁਛ ਪੁੱਛਣਾ ਰਹਿ ਗਿਆ ਆਪਾਂ ਵੀਰ ਤੋਂ ਬਹਿ ਕੇ ਗੱਲਾਂ ਬਾਤਾਂ ਹੋਰ ਇੱਕ ਤੋਂ ਕਰਦੇ ਹਾਂ ਜੀ। ਅਤੇ ਇੱਕ ਜਿਹੜਾ ਵੀਰ ਜੀ ਜਿਹੜੀ ਤੁਸੀਂ 1 ਕਿਲੋਵਾਟ ਦੀ ਗੱਲ ਕੀਤੀ ਹੈ ਸੋਲਰ ਦੀ ਜੀ, ਹੈ ਨਾ, ਉਹਦੇ ਬਾਰੇ ਇੱਕ ਵਾਰੀ ਥੋੜ੍ਹਾ ਜਿਹਾ ਹੋਰ ਦੱਸੋ ਜੀ। ਵੀ ਇਹ ਤਾਂ ਥੋੜ੍ਹੀ ਉਲਝਣ ਜਿਹੀ ਵਾਲੀ ਗੱਲ ਆ ਗਈ, ਆਪਣੇ ਵਿਊਰ ਤੁਹਾਨੂੰ ਬਲੌਗ ਦੇਖੀ ਜਾਂਦੇ ਨੇ ਜੀ, ਕਿਲੋਵਾਟ ਦੀ ਕੀ ਗੱਲਬਾਤ ਆ, ਹੈ ਨਾ, ਕਈ ਵਾਰ ਸਮਝ 'ਚ ਘੱਟ ਆਉਂਦੀ ਹੈ ਜੀ। ਇਹ ਜਿਹੜੀ ਕਿਲੋਵਾਟ ਦੀ ਗੱਲ ਹੈ ਜੀ, ਆਪਾਂ ਮੰਨ ਲਓ ਔਨ ਗ੍ਰਿਡ ਸੋਲਰ ਆ ਜਿਹੜਾ, ਪਹਿਲਾਂ ਤਾਂ 3 ਕਿਲੋਵਾਟ ਤੋਂ ਸ਼ੁਰੂ ਹੁੰਦਾ ਜੀ। ਔਨ ਗ੍ਰਿਡ ਮਤਲਬ ਬਿਨਾਂ ਬੈਟਰੀਆਂ ਤੋਂ, ਬਿਨਾਂ ਬੈਟਰੀਆਂ ਵਾਲਾ ਸੋਲਰ 3 ਕਿਲੋਵਾਟ ਦਾ ਤੋਂ ਸ਼ੁਰੂ ਹੁੰਦਾ, ਤੇ ਵੱਡਾ ਜਿੰਨਾ ਮਰਜ਼ੀ ਪਲਾਂਟ ਲਵਾ ਲਓ। ਅੱਜ ਕੱਲ੍ਹ ਇੱਕ ਸਕੀਮ ਹੋਰ ਆਈ ਹੋਈ ਹੈ ਕਿ ਸੈਂਟਰ ਸਰਕਾਰ ਨੇ ਸਬਸਿਡੀ ਵਾਲੀ ਸਕੀਮ ਦਿੱਤੀ ਹੋਈ ਹੈ। ਅਗਰ ਤੁਸੀਂ 3 ਕਿਲੋਵਾਟ ਤੋਂ ਲੈ ਕੇ 10 ਕਿਲੋਵਾਟ ਤੱਕ ਦਾ ਤੁਸੀਂ ਸੋਲਰ ਲਵਾਉਂਦੇ ਹੋ ਤਾਂ ਉਹਦੇ ਵਿੱਚ 1 ਲੱਖ ਰੁਪਏ ਤੱਕ ਦੀ ਸਬਸਿਡੀ ਵੀ ਹੈ। 3 ਕਿਲੋਵਾਟ ਤੇ 43,500 ਹੈ, 4 ਤੇ ਅੱਡ ਹੈ, 5 ਤੇ ਅੱਡ ਹੈ, 6 ਤੇ ਅੱਡ ਹੈ, 7 ਤੇ ਅੱਡ ਹੈ, 8 ਤੇ ਅੱਡ ਹੈ, 9 ਤੇ ਅੱਡ ਹੈ ਤੇ 10 ਤੇ ਅੱਡ ਹੈ ਜੀ। ਹਰ ਇੱਕ ਪਲਾਂਟ ਦੇ ਉੱਤੇ ਸਬਸਿਡੀ ਅੱਡ ਹੈ, ਸਬਸਿਡੀ ਦਾ ਰੇਟ ਅੱਡ ਹੈ। ਠੀਕ ਹੈ ਜੀ। 95,000 ਰੁਪਏ ਤੱਕ ਆਪਾਂ ਨੂੰ ਅਗਰ 10 ਕਿਲੋਵਾਟ ਦਾ ਸੋਲਰ ਲਵਾਉਂਦੇ ਹਾਂ ਸਪੋਜ਼ ਕਰੋ ਤਾਂ ਉਹਦੇ ਵਿੱਚ 95,000 ਰੁਪਏ ਦੀ ਸਬਸਿਡੀ ਹੈ ਜੀ। ਠੀਕ ਹੈ ਜੀ। ਮਤਲਬ ਕਿੰਨੇ ਕੁ ਰੁਪਈਆਂ ਚ ਪੈ ਜਾਂਦਾ 10 ਕਿਲੋਵਾਟ ਵਾਲਾ ਆਪਣੇ ਆਪ ਘਰਾਂ ਚ? 10 ਕਿਲੋਵਾਟ ਦਾ ਤਕਰੀਬਨ ਕੋਸਟ ਜੀ 5.5 ਲੱਖ ਰੁਪਏ ਦੇ ਆਸ-ਪਾਸ ਹੁੰਦੀ ਹੈ ਜੀ। ਠੀਕ ਹੈ। ਤਾਂ ਮੰਨ ਲਓ 1 ਲੱਖ ਰੁਪਏ ਤੁਹਾਡੇ ਖਾਤੇ ਚ ਸਬਸਿਡੀ ਆ ਜਾਂਦੀ ਹੈ, ਉਹ 4.5 ਹੀ ਰਹਿ ਜਾਂਦਾ। ਠੀਕ ਹੈ ਜੀ। ਹਾਂਜੀ ਹਾਂਜੀ। ਮਤਲਬ ਐਂ ਮੰਨ ਲਓ ਵੀ 10-15 ਸਾਲ ਕੁਛ ਕਰਨ ਦੀ ਫਿਰ ਲੋੜ ਤਾਂ ਨਹੀਂ ਜੀ? 25 ਸਾਲ ਦੀ ਗਰੰਟੀ ਹੈ ਜੀ ਪਲੇਟ ਦੀ, ਤੁਸੀਂ ਪਲੇਟ ਦੇਖੀ ਹੈ ਜੀ 25 ਸਾਲ ਇਹਦੀ। ਵਿਦ ਮੰਨ ਲਓ ਗਰੰਟੀ ਕਾਰਡ ਨਾਲ, ਅਸੀਂ ਗਰੰਟੀ ਕਾਰਡ ਸਪੈਸ਼ਲ ਵਕਾਇਦਾ ਬਣਾ ਕੇ ਦਿੰਦੇ ਹਾਂ ਜੀ ਕੰਪਨੀ ਵੱਲੋਂ, ਇਹਦੀ 25 ਸਾਲ ਦੀ ਗਰੰਟੀ ਹੈ ਜੀ। ਠੀਕ ਹੈ ਜੀ। ਗਰੰਟੀ ਕਾਰਡ ਦੇ ਉੱਪਰ ਲਿਖਿਆ ਹੋਇਆ ਸਾਰਾ ਕੁਛ, ਇਸ ਪਲੇਟ ਦੀ 25 ਸਾਲ ਦੀ ਫੁੱਲ ਰਿਪਲੇਸਮੈਂਟ ਹੈ, ਬਸ ਟੁੱਟੇ ਨਾ ਜੀ ਪਲੇਟ। ਠੀਕ ਹੈ ਜੀ। ਟੁੱਟੇ ਨਾ ਜੀ, ਨੂੰ ਕੁਝ ਵੀ ਹੁੰਦਾ ਪਲੇਟ ਨੂੰ, 25 ਸਾਲ ਦੀ ਗਰੰਟੀ ਹੈ ਜੀ ਇਸ ਤੇ। ਤੇ ਪਤਾ ਕਿਵੇਂ ਲੱਗਦਾ ਵੀ ਪਲੇਟ ਖਰਾਬ ਹੋ ਗਈ ਜਾਂ ਕੁਝ ਹੋ ਗਿਆ ਇਹਨੂੰ? ਜੇ ਪਲੇਟ ਖਰਾਬ ਹੋ ਗਈ ਤਾਂ ਆਪਣੀ ਸਾਰੀ ਸਟ੍ਰਿੰਗ, ਜਿਵੇਂ ਮੰਨ ਲਓ 10 ਪੈਨਲ ਲੱਗੇ ਆ, 10 ਪੈਨਲਾਂ 'ਚ 2 ਸਟ੍ਰਿੰਗਾਂ ਬਣੀਆਂ ਜੀ, ਤਾਂ 1 ਸਟ੍ਰਿੰਗ ਸਾਰੀ ਬੰਦ ਹੋ ਜੂ, ਜਨਰੇਸ਼ਨ ਘੱਟ ਜੂਗੀ ਜੀ। ਠੀਕ। ਯੂਨਿਟਾਂ ਘੱਟ ਬਣਾਉਣ ਲੱਗ ਜੂਗਾ, ਜਿਵੇਂ ਆਪਾਂ ਸਪੋਜ਼ ਕਰੀਏ ਕਿ 1 ਕਿਲੋਵਾਟ ਪਰ ਡੇ 'ਚ 4 ਯੂਨਿਟਾਂ ਬਣਾਉਂਦਾ ਹੈ, 3 ਕਿਲੋਵਾਟ ਦਾ ਪ੍ਰੋਜੈਕਟ ਐਵਰੇਜ ਸਾਰੇ ਦਿਨ 'ਚ 12 ਯੂਨਿਟਾਂ ਬਣਾਊਗਾ, 365 × 12 ਇਸ ਇਹ ਐਵਰੇਜ ਆਪਾਂ ਨੂੰ ਯੂਨਿਟਾਂ ਦੀ ਪੈ ਜੂ। ਉਹਨੂੰ ਮੌਕੇ ਦੇ ਅੰਦਾਜ਼ਾ ਲੱਗ ਜਾਂਦਾ, ਮੌਕੇ ਦੇ ਅੰਦਾਜ਼ਾ ਲੱਗ ਜਾਂਦਾ ਵੀ ਆਪਣਾ ਕਿੰਨਾ ਬਿੱਲ ਆਉਂਦਾ, ਸਾਰੀਆਂ ਡਿਸਕਸ ਗੱਲਾਂ ਹੁੰਦੀਆਂ ਜੀ, ਆਪਾਂ ਮੰਨ ਲਓ ਸਾਰੇ ਬੰਦਿਆਂ ਨਾਲ ਮੰਨ ਲਓ ਫੋਨ 'ਤੇ ਵੀ ਕਰ ਸਕਦੇ ਹਾਂ, ਅਗਲਾ ਮਿਲਣਾ ਚਾਹੁੰਦਾ ਤਾਂ ਮਿਲ ਕੇ ਵੀ ਕਰ ਸਕਦੇ ਹਾਂ, ਇਸ ਰਿਗਾਰਡਿੰਗ ਸਾਰੀਆਂ ਗੱਲਾਂ। ਠੀਕ ਹੈ ਜੀ। ਹਾਂਜੀ। ਤੇ ਲਓ ਜੀ ਬਲੌਗ ਬਹੁਤ ਲੰਬਾ ਹੋ ਜੂਗਾ, ਹੈ ਨਾ, ਅਤੇ ਭਰਾ ਨੇ ਵਿਨੇ ਨੇ ਅਤੇ ਵਿਨੇ ਆ ਭਰਾ ਦਾ ਨਾਮ, ਅਤੇ ਸਾਰੇ ਕੰਟੈਕਟ ਨੰਬਰ ਕਰ ਦਿਓ ਇੱਕ ਵਾਰੀ, ਦੁਬਾਰੇ ਨੋਟ ਫੇਰ ਕਰ ਲਿਓ, ਆਪਾਂ ਵੀਰ ਤੋਂ ਸਾਰਾ ਕੁਛ ਪੁੱਛਾਂਗੇ, ਹੈ ਨਾ, ਸਾਰੇ ਪ੍ਰੋਡਕਟਸ ਬਾਰੇ ਇੱਧਰ ਆਪਾਂ ਨੂੰ ਨੌਲੇਜ ਦੇ ਦੀ ਆ, ਅਤੇ ਇੱਕ ਵਾਰੀ ਵੀਰ ਜੀ ਕੰਟੈਕਟ ਨੰਬਰ ਜ਼ਰੂਰ ਹੋਰ ਇੱਕ ਵਾਰ ਹੋਰ ਦੱਸ ਦਿਓ। ਆਪਣੀਆਂ ਨਾ 2 ਫਰਮਾਂ ਨੇ, ਇੱਕ ਪ੍ਰੇਮ ਸੋਲਰ ਐਂਡ ਇਲੈਕਟ੍ਰੋਨਿਕਸ, ਕਿਲਾ ਗੇਟ ਦੇ ਬਿਲਕੁਲ ਸਾਹਮਣੇ, ਬਠਿੰਡੇ ਕਿਲਾ ਗੇਟ ਦੇ ਬਿਲਕੁਲ ਸਾਹਮਣੇ ਪ੍ਰੇਮ ਸੋਲਰ ਐਂਡ ਇਲੈਕਟ੍ਰੋਨਿਕਸ। ਠੀਕ ਹੈ ਜੀ। ਅਤੇ ਇੱਕ ਮੇਨ ਬਰਨਾਲਾ ਬਾਈਪਾਸ ਅਤੇ ਵਿਸ਼ਕਰਮਾ ਮਾਰਕੀਟ ਦੇ ਬਿਲਕੁਲ ਸਾਹਮਣੇ ਰੈੱਡ ਲਾਈਟਾਂ ਅਤੇ ਹੋਟਲ ਸਫਾਇਰ ਦੇ ਨਾਲ ਆਪਣਾ ਵਿਨਾਇਕ ਸੋਲਰ ਹੱਬ ਐਂਡ ਇਲੈਕਟ੍ਰੋਨਿਕਸ ਦੇ ਨਾਮ 'ਤੇ ਸ਼ੋਰੂਮ ਹੈ, ਅਤੇ ਤੁਸੀਂ ਕੰਟੈਕਟ ਕਰਨਾ ਤਾਂ 98-141-7770, ਇਹ ਸਾਡਾ ਮੇਰਾ ਪਰਸਨਲ ਨੰਬਰ ਹੈ ਜੀ, ਤੁਸੀਂ ਜਦੋਂ ਮਰਜ਼ੀ ਕੋਈ ਵੀ ਵੀਰ ਭਰਾ ਨੂੰ ਲੋੜ ਹੈ ਤਾਂ ਸਾਨੂੰ ਜਦੋਂ ਮਰਜ਼ੀ ਕਾਲ ਕਰ ਸਕਦਾ ਜੀ। ਠੀਕ ਹੈ। ਲਓ ਜੀ ਮੈਂ ਨੰਬਰ ਵੀਰ ਦਾ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿੱਤਾ, ਅਤੇ ਕਾਲ ਕਰ ਲਿਓ, ਅਤੇ ਬਾਕੀ ਕਮੈਂਟ ਕਰਕੇ ਦੱਸਿਓ, ਜਿਹੜਾ ਕਮੈਂਟ ਤੁਹਾਡੇ ਨਾਲ ਨਾਲ ਅਸੀਂ ਰਿਪਲਾਈ ਕਰੀ ਜਾਵਾਂਗੇ। ਅਤੇ ਚਲੋ ਠੀਕ ਹੈ ਵੀਰ ਜੀ, ਓਕੇ ਜੀ, ਠੀਕ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।